ਧਰਤੀ ਵਾਲਾ ਸ਼੍ਰੀ ਵਾਲਮੀਕਿ ਮੰਦਰ ਨੇੜੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਵਿੱਚ ਰੋਸ਼। ਉਹਨਾਂ ਦਾ ਕਹਿਣਾ ਹੈ ਕਿ ਸਾਰਾ ਗਲੀਆਂ ਨਾਲੀਆਂ ਦਾ ਗੰਦਾ ਪਾਣੀ ਮੰਦਰ ਦੇ ਨਜ਼ਦੀਕ ਖੜ੍ਹਾ ਹੋ ਜਾਂਦਾ ਹੈ ਅਤੇ ਰੋਜ਼ਾਨਾ ਦਰਸ਼ਨ ਕਰਨ ਵਾਲੇ ਭਗਤਾਂ ਨੂੰ ਉਸ ਗੰਦੇ ਪਾਣੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਭਗਤਾਂ ਵਿੱਚ ਇਸ ਸੰਬੰਧੀ ਕਾਫ਼ੀ ਰੋਸ਼ ਹੈ। ਵਿਸ਼ੇਸ਼ ਰਿਪੋਰਟ ਗੜ੍ਹਦੀਵਾਲਾ ਤੋਂ ਹੁਸ਼ਿਆਰਪੁਰ ਨਿਊਜ਼ ਦੇ ਨਾਲ ਗੌਰਵ। ਅੱਛਾ ਪ੍ਰਧਾਨ ਜੀ, ਤੁਹਾਨੂੰ ਹੁਣ ਕੀ ਸਮੱਸਿਆ ਜਿਹੜਾ ਤੁਸੀਂ ਇਹ ਸਾਡੇ ਜਿਹੜਾ ਆਬਾਦੀ ਦਾ ਪਾਣੀ ਹੈ ਜੀ, ਈਓ ਸਾਹਿਬ ਨੇ ਜਾਣ ਬੁੱਝ ਕੇ ਸਾਡੇ ਮੰਦਰ ਦੇ ਵਿੱਚ ਜੀ ਕੱਢਿਆ ਆ। ਇਸ ਪਾਣੀ ਦੇ ਨਾਲ ਸਾਡੇ ਮੰਦਰ ਦੇ ਵਿੱਚ ਬਹੁਤ ਗੰਦਗੀ ਫੈਲੀ ਹੋਈ ਆ, ਮੰਦਰ ਵੱਲ ਦੇਖਣੇ ਨੂੰ ਦਿਲ ਨਹੀਂ ਕਰਦਾ। ਜੇ ਇਹ ਅਸੀਂ ਈਓ ਨੂੰ 5-6 ਵਾਰੀ ਪਹਿਲਾਂ ਕਹਿ ਚੁੱਕੇ ਹਾਂ, 10-15 ਵਾਲੀ ਕਹਿ ਚੁੱਕੇ, ਅਤੇ ਈਓ ਸਾਹਿਬ ਕੋਈ ਇਸ ਗੱਲ ਦਾ ਖਿਆਲ ਨਹੀਂ ਕਰਦਾ, ਕੋਈ ਇਸ ਪਾਸੇ ਨੂੰ ਧਿਆਨ ਨਹੀਂ ਦੇ ਰਿਹਾ। ਜੇ ਇਹ ਕੰਮ ਸਾਡਾ ਜਲਦੀ ਤੋਂ ਜਲਦੀ ਨਾ ਹੋਇਆ ਤਾਂ ਅਸੀਂ ਉੱਚ ਪੱਧਰੀ ਕਾਰਵਾਈ ਕਰਨੇ ਨੂੰ ਤਿਆਰ ਹਾਂ। ਅੱਛਾ, ਇਹਦੇ ਨਾਲ ਤੁਹਾਨੂੰ ਇਹ ਜ਼ਿਆਦਾ ਤੰਗੀ ਜ਼ਿਆਦਾ ਕਾਹਦੀ ਆਉਂਦੀ ਹੈ? ਸਾਨੂੰ ਜੋ ਸਾਡੇ ਮੰਦਰ ਪਾਣੀ ਸਾਰਾ ਸਾਰੇ ਸ਼ਹਿਰ ਦਾ ਗੰਦ ਆ ਜਾਂਦਾ ਜੀ, ਪੂਰੇ ਸ਼ਹਿਰ ਦਾ ਸਭ ਗੰਦ ਚ ਆਉਂਦਾ ਮੰਦਰ ਵੱਲ ਦੀ। ਕੀ ਉਹਨੂੰ ਮੈਂ 15-16 ਕਹਿ ਚੁੱਕਾ, ਬੁੱਢਾ ਸਾਹਿਬ ਨੂੰ ਕਿਹਾ ਵੀ ਇਹ ਸਾਡੇ ਮੰਦਰ ਆ, ਜੇ ਮੈਂ ਕਿਹਾ ਹੋਰ ਕਿਸੇ ਮੰਦਰ ਪਾਣੀ ਹੁੰਦਾ ਤਾਂ ਐਸਾ ਤੁਸੀਂ ਐਂ ਮੈਂਡੀਆ ਬੰਦੇ ਭੇਜ ਦਿੰਦੇ ਆ, ਕੋਈ ਸਾਡੇ ਬਾਲਮੀ ਕਰਕੇ ਤੁਸੀਂ ਬੰਦਾ ਕੋਈ ਵੀ ਨਹੀਂ ਭੇਜ ਰਿਹਾ ਅਗਲੇ। ਅਤੇ ਹੁਣ ਪ੍ਰਸ਼ਾਸਨ ਤੋਂ ਤੁਹਾਡੀ ਕੀ ਮੰਗ ਹੈ? ਇਹ ਮੰਗ ਆ ਸਾਡੇ ਮੰਦਰ ਨਾਲਾ ਚੱਕਿਆ ਹੈ, ਬੰਦ ਕੀਤਾ ਜਾਵੇ। ਸਾਡੀ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਆ ਜੀ ਕਿ ਇਹ ਜੋ ਪਾਣੀ ਇੱਧਰ ਨੂੰ ਗੰਦਾ ਪਾਣੀ ਆ ਰਿਹਾ ਇਹਨੂੰ ਜਲਦੀ ਤੋਂ ਜਲਦੀ ਇਹਨੂੰ ਰੋਕਿਆ ਜਾਵੇ, ਹੋਰ ਕਿਸੇ ਪਾਸਿਓਂ ਦੀ ਇਹ ਪਾਣੀ ਕੱਢਿਆ ਜਾਵੇ, ਵਾਲਮੀਕਿ ਮੰਦਰ ਤੋਂ ਇਹ ਪਾਣੀ ਰੋਕਿਆ ਜਾਵੇ, ਨਹੀਂ ਤਾਂ ਅਸੀਂ ਪੂਰਾ ਸੰਘਰਸ਼ ਦੁੱਗਣਾ ਕਰਾਂਗੇ, ਅਸੀਂ ਆਪ ਕਰਾ ਲਾਂਗੇ।